लोग जाने ही गीत है, लोग जाने ही गीत है। ये तो ब्रह्म विचार, ये तो ब्रह्म विचार, लोग जाने ही गीत है। जाने ही गीत है, लोग जाने ही गीत है। गौड़ी पूर्वी मोहल्ला चौथा, गौड़ी पूर्वी मोहल्ला चौथा। मेरे मन सो प्रभ सदा नाल है स्वामी, मेरे मन सो प्रभ सदा नाल है स्वामी। ओ किथे हर पै नसीऐ, ओ किथे हर पै नसीऐ। हर आपे बख्श लए प्रभ साचा, हर आपे बख्श लए प्रभ साचा। हर आप छुड़ाए छुट्टी है, हर आप छुड़ाए छुट्टी है। मेरे मन, मेरे मन जप हर 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 मन जपिए, जप हर 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 मन जपिए। सतगुर की शरणाई भज पौ मेरे मना, सतगुर की शरणाई भज पौ मेरे मना। गुर सतगुर पीछे छुट्टी है, गुर सतगुर पीछे छुट्टी है। आओ आओ मेरे मन, मेरे मन सेवो सब सो प्रभ सर्व सुख दाता, सेवो सो प्रभ सर्व सुख दाता। जित सेवे निज कर वसीऐ, जित सेवे निज कर वसीऐ। गुरमुख जाहे लहो कर अपना, गुरमुख जाहे लहो कर अपना। कस चंदन हर जस कसीऐ, कस चंदन हर जस कसीऐ। मेरे मन, मेरे मन हर 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 जस उत्तम लै लाहा, मेरे मन, मेरे मन हर 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 जस उत्तम, हर 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 जस उत्तम। जय लाहा हर मन हसीऐ, जय लाहा हर मन हसीऐ। हर हर आप दया कर देवै, हर हर आप दया कर देवै। ता अमृत हरस चखिऐ, अमृत हरस चखिऐ। मेरे मन, मेरे मन ना बिना जो दूजा लागे, ना बिना जो दूजा लागे। ते साखत नर जम कुटिया, ते साखत नर जम कुटिया। ते साखत चोर जिना नाम विसारिया, ते साखत चोर जिना नाम विसारिया। मन सिनकै निकट ना पिटिया, मन सिनकै निकट ना। मेरे मन, मेरे मन सेवो अलख निरंजन नरहर, सेवो अलख निरंजन नरहर। जित सेवे लेखा छुटी है, जित सेवे लेखा छुटी है। जन नानक हर प्रभ पूरे किए, जन नानक हर प्रभ पूरे किए। इन मासा तोल ना घटिया, इन मासा तोल ना घटिया।
ਗੌੜੀ ਪੂਰਬੀ ਮਹੱਲਾ ਚੌਥਾ। ਹੁਣ ਪਾਤਸ਼ਾਹ ਮਨ ਨੂੰ ਸੰਬੋਧਨ ਹੋ ਗਏ। ਪਹਿਲਾਂ ਬੇਨਤੀ ਦੇ ਦੋ ਸ਼ਬਦ ਕਹਿ ਕੇ ਹੁਣ ਮਨ ਨੂੰ ਸੰਬੋਧਨ ਹੋ ਕੇ ਸਾਨੂੰ ਤਰੀਕਾ ਦੱਸਦੇ ਨੇ ਕਿ ਆਪਣੇ ਮਨ ਨੂੰ ਨਾਲ ਲੈ ਕੇ ਤੁਰ। ਇਹ ਨਹੀਂ ਕਿ ਤੂੰ ਆਪ ਤੇ ਚਲਾ ਗਿਆ ਗੁਰੂ ਦੀ ਸ਼ਰਨ ਵਿੱਚ, ਮਨ ਕਿਤੇ ਹੋਰ ਤੁਰਿਆ ਫਿਰਦਾ। ਤੂੰ ਤੇ ਬੈਠਾ ਉੱਥੇ, ਪਰ ਜਿਹਨੇ ਨਾਲ ਆਉਣਾ ਸੀ, ਜਿਹਨੇ ਸੁਣਨਾ ਸੀ, ਉਹ ਕਿਤੇ ਹੋਰ ਤੁਰਿਆ ਫਿਰਦਾ। ਇੱਥੇ ਪਾਤਸ਼ਾਹ ਮਨ ਨੂੰ ਨਾਲ ਲੈ ਕੇ ਤੁਰੇ। ਮੇਰੇ ਮਨ ਸੋ ਪ੍ਰਭ ਸਦਾ ਨਾਲ ਹੈ ਸਵਾਮੀ, ਕਉ ਕੀਤੈ ਹਰ ਪਉ ਲੱਸੀਐ। ਇੱਥੇ ਮਾਗਰੇ ਮਨਾ ਸੋ ਪ੍ਰਭ ਸਦਾ ਨਾਲ ਹੈ ਸਵਾਮੀ। ਉਹ ਪ੍ਰਭੂ, ਉਹ ਪ੍ਰਮਾਤਮਾ, ਸਾਰੀ ਸ੍ਰਿਸ਼ਟੀ ਦਾ ਮਾਲਕ, ਉਹ ਤੇ ਹਮੇਸ਼ਾ ਤੇਰੇ ਨਾਲ, ਜਿੱਥੇ ਵੀ ਜਾਏਗਾ ਤੇਰੇ ਨਾਲ ਹੈ ਉਹਦੇ। ਕਉ ਕੀਤੈ ਹਰ ਪਉ ਲੱਸੀਐ, ਇਹਦਾ ਉਚਾਰਨ ਹੈ ਪਉ। ਕਿੱਥੋਂ ਲੱਸੇਗਾ ਉਹਦੇ ਤੋਂ, ਕਿੱਥੋਂ ਭੱਜੇਗਾ ਉਹਦੇ ਕੋਲੋਂ। ਬੰਦਾ ਚੋਰੀ, ਰਿਸ਼ਵਤ, ਝੂਠ ਕਰਮ ਉਦੋਂ ਕਰਦਾ ਹੈ ਕਿ ਮੈਨੂੰ ਪਤਾ ਕੋਈ ਵਿਖਰੇ। ਇੱਥੇ ਮਗਰੇ ਕਿੱਥੋਂ ਭੱਜੇਗਾ, ਉਹ ਤੇ ਹਮੇਸ਼ਾ ਹੀ ਤੇਰੇ ਨਾਲ ਹੈ, ਉਹ ਤੈਨੂੰ ਵੇਖ ਰਿਹਾ, ਕਿੱਥੋਂ ਨੱਸੇਗਾ ਉਹਦੇ ਕੋਲੋਂ। ਹਰ ਆਪੇ ਬਖਸ਼ ਲਏ ਪ੍ਰਭ ਸਾਚਾ, ਹਰ ਆਪ ਛਡਾਏ ਛੁੱਟੀ ਹੈ। ਜਦੋਂ ਤੁਹਾਨੂੰ ਨਾਲ ਜਾਣੇਗਾ ਹਮੇਸ਼ਾ, ਕਹਿੰਦੇ ਫਿਰ ਤੈਨੂੰ ਆਪੇ ਹੀ ਛਡਾ ਲਏਗਾ ਇਹਨਾਂ ਵਿਕਾਰਾਂ ਤੋਂ, ਇਸ ਹਉਮੈ ਤੋਂ, ਇਸ ਹੰਕਾਰ ਤੋਂ, ਇਹਨਾਂ ਜਮਾ ਤੋਂ। ਹਰ ਆਪ ਛਡਾਏ ਛੁੱਟੀ ਹੈ, ਹਾਂ ਉਹ ਆਪ ਛਡਾਏ ਤੇ ਛੁਟਕਾਰਾ ਹੁੰਦਾ ਇਸ ਮੋਹ ਮਾਇਆ ਤੋਂ, ਨਹੀਂ ਤੇ ਬੰਧਨ ਪਏ ਹੋਏ। ਮੇਰੇ ਮਨ ਜਪ ਹਰ ਹਰ, ਹਰ ਮਨ ਜਪੀ ਹੈ। ਐ ਮੇਰੇ ਮਨਾ, ਬਾਰ 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 ਹਰੀ ਦੇ ਨਾਮ ਨੂੰ ਜਪਣਾ ਕਰ। ਸਤਿਗੁਰ ਕੀ ਸ਼ਰਨਾਈ ਭੱਜ ਪਾਓ ਮੇਰੇ ਮਨਾ। ਮਨ ਨੂੰ ਸੰਬੋਧਨ ਹੋ ਗਿਆ ਮਾਰੇ ਮਨਾ, ਸਤਿਗੁਰ ਦੀ ਸ਼ਰਨਾਈ ਭੱਜ ਕੇ ਪੈ ਜਾ, ਛੱਡ ਦੇ ਸਾਰਾ ਕੁਝ, ਸਾਰਾ ਕੁਝ ਤਿਆਗ ਕੇ ਸ਼ਰਨ ਵਿੱਚ ਚਲਾ ਜਾ। ਗੁਰ ਸਤਿਗੁਰ ਕੀ ਛੈ ਛੁੱਟੀ ਹੈ, ਗੁਰੂ ਦਾ ਗਿਆਨ ਸਤਿਗੁਰ ਦੇ ਨਾਲ ਜੁੜ ਕੇ, ਕਹਿੰਦੇ ਇਹਦੇ ਪਿੱਛੇ ਛੁਟਕਾਰਾ ਹੋ ਸਕਦਾ ਤੇਰਾ, ਹੋਰ ਕੋਈ ਛੁਟਕਾਰਾ ਨਹੀਂ, ਹੋਰ ਕੋਈ ਵੀ ਤਰੀਕਾ ਨਹੀਂ, ਨਹੀਂ ਤੇ ਮੋਹ ਦੇ ਮਾਇਆ ਦੇ ਬੰਧਨਾਂ ਵਿੱਚ ਵਧਾ ਇਹ ਸੰਸਾਰ ਉਤਰਾ ਜਾਏਗਾ। ਰਹਾਓ ਮੇਰੇ ਮਨ ਸੇਵੋ ਸੋ ਪ੍ਰਭ ਸਰਬ ਸੁਖ ਦਾਤਾ। ਫਿਰ ਮਾਜ ਕਹਿੰਦੇ ਨੇ ਵੀ ਵੇਖੀ ਕਿਤੇ ਬੰਦਿਆਂ ਦੇ ਪਿੱਛੇ ਤੁਰ ਪਾਈ, ਇਹਨੂੰ ਸਿਮਰਨਾ ਕਰ ਮਨਾ, ਸੇਵੋ ਸਿਮਰੋ। ਸੋ ਪ੍ਰਭ, ਉਹ ਪ੍ਰਭੂ ਸਰਬ ਸੁਖ ਦਾਤਾ, ਜਿਹੜਾ ਸਾਰਿਆਂ ਸੁੱਖਾਂ ਦਾ ਦਾਤਾ ਹੈ। ਜਿਤ ਸੇਵਿਆ ਨਿਜ ਕਰ ਵਸੀ ਹੈ, ਜਿਹਨੂੰ ਸਿਮਰਨ ਨਾਲ, ਜਿਹਦਾ ਨਾਮ ਜਪਣ ਨਾਲ ਤੂੰ ਆਪਣੇ ਨਿਜ ਘਰ ਵਿੱਚ ਵਸੇਗਾ, ਭਟਕਣਾ ਦੂਰ ਹੋ ਜਾਏਗੀ ਤੇਰੀ ਸਾਰੀ। ਇਹ ਜਿਹੜਾ ਤੂੰ ਬਾਹਰ ਦੌੜਿਆ ਫਿਰਦਾ, ਆਪਣੇ ਨਿੱਜ ਘਰ ਵਿੱਚ ਆ ਜਾਏਗਾ ਅਸਲੀਅਤ ਵਿੱਚ। ਗੁਰਮੁਖ ਜਾਏ ਲਹੋ ਕਰ ਆਪਣਾ। ਇਸ ਕਰਕੇ ਗੁਰੂ ਵਾਲਾ ਬਣ ਕੇ, ਗੁਰੂ ਦਾ ਅਨੁਸਾਰੀ ਹੋ ਕੇ ਆਪਣੇ ਘਰ ਵਿੱਚ ਲੈ ਚਲਾ ਜਾ, ਆਪਣੇ ਘਰ ਵਿੱਚ ਵਸ। ਘਸ ਚੰਦਨ ਹਰ ਜਸ ਘਸੀ ਹੈ, ਤੇਰੇ ਕਿਵੇਂ ਵਸ, ਪਰਮਾਤਮਾ ਦਾ ਨਾਮ ਬਾਰ 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 ਜਪਣਾ ਕਰ। ਕਹਿੰਦੇ ਜਿਸ ਤਰ੍ਹਾਂ ਚੰਦਨ ਨੂੰ ਘਸਾਈਦਾ ਤੇ ਉਹਦੀ ਖੁਸ਼ਬੂ ਆਉਂਦੀ, ਜਦੋਂ ਤੂੰ ਬਾਰ ਬਾਰ ਇਸ ਜ਼ਬਾਨ ਨਾਲ ਬਾਣੀ ਨੂੰ ਪੜ੍ਹੇਗਾ, ਸਿਮਰੇਗਾ, ਉਚਾਰੇਗਾ, ਤਾਂ ਇਹ ਖੁਸ਼ਬੂ ਜਿਹੜੀ ਹੈ ਨਾਮ ਦੀ, ਉਹ ਹੌਲੀ ਹੌਲੀ ਤੇਰੀ ਰੂਹ ਤੱਕ ਪਹੁੰਚ ਜਾਏਗੀ, ਤੇਰੇ ਸਰੀਰ ਵਿੱਚ ਵਸ ਜਾਏਗੀ ਪੂਰਨ ਤੌਰ ਤੇ।
ਮੇਰੇ ਮਨ ਹਰ 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 ਜਸ ਉੱਤਮ। ਐ ਮਨਾ ਪਰਮਾਤਮਾ ਨਾਮ ਬਾਰ 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 ਜਪਣਾ ਕਰ। ਪਰਮਾਤਮਾ ਜਸ ਹੀ ਸਭ ਤੋਂ ਉੱਤਮ ਹੈ ਸੰਸਾਰ ਦੇ ਵਿੱਚ। ਲੈ ਲਾਹਾ ਹਰ ਮਨ ਹੱਸੀਐ। ਇਸ ਕਰਕੇ ਮਨੁੱਖਾ ਇਹਦਾ ਅੰਤ ਨੂੰ ਮਿਲਿਆ ਸਮਾਂ ਥੋੜਾ ਕਿ ਲਾਹਾ ਲੈ ਲੈ ਇਹਦਾ ਪੂਰਾ ਪੂਰਾ। ਪ੍ਰਾਨੀ ਤੂੰ ਆਇਆ ਲਾਹਾ ਲੈਣ, ਲੱਗਾ ਕਿ ਤੂੰ ਫਕੜੇ ਸਭ ਮੁੱਕਦੀ ਚੱਲੀ ਰਹਿ। ਇਸ ਕਰਕੇ ਸਮਾਂ ਤੇਰੇ ਕੋਲ ਥੋੜਾ ਹੈ, ਆਪਾਂ ਆਪਣੇ ਅੰਦਰ ਹੀ ਝਾਤੀ ਮਾਰ ਲਈਏ ਕਿ ਹੁਣ ਤੱਕ 50 ਦੇ ਨਜ਼ਦੀਕ ਸਾਰੇ ਪਹੁੰਚੇ ਹੋਏ ਹੈ। ਲੱਗਦਾ ਹੈ ਕਿ ਸਾਰਾ ਕੁਝ ਲੰਘ ਗਿਆ, ਪਿੱਛੇ ਪਤਾ ਹੀ ਲੱਗਿਆ ਕੁਛ ਰੀਲ ਵਾਂਗੂ। ਕੀ ਹੈ ਪੱਲੇ? ਬਸ ਜਦੋਂ ਇਹ ਸਮਝ ਆਉਣੀ ਸ਼ੁਰੂ ਹੋਈ ਕਿ ਪੱਲੇ ਕੀ ਹੈ, ਉਦੋਂ ਬੰਦਾ ਫਿਰ ਲਾਹਾ ਲੈਂਦਾ ਕਿ ਕੱਲ੍ਹ ਦਾ ਤੇ ਪਤਾ ਕੋਈ ਨੀ, ਕੱਲ੍ਹ ਨੂੰ ਹੋਈਏ ਜਾਂ ਨਾ ਹੋਈਏ। ਇਸ ਕਰਕੇ ਇਹਦਾ ਲਾਹਾ ਉਦੋਂ ਜਦੋਂ ਗੁਰੂ ਕਿਰਪਾ ਕਰਦਾ ਗੁਰਮੁਖ ਬਣ ਕੇ। ਇਸ ਕਰਕੇ ਮਨਾ ਮਨ ਕਰਕੇ ਖੁਸ਼ ਹੋ, ਖਿੜਾ ਕਲੈ ਪੂਰਾ ਪਰਮਾਤਮਾ ਨਾਮ ਨਾਲ ਜੁੜਨਾ ਕਰ। ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਰ ਗਾਸ। ਜਿਹੜੇ ਭਗਤ ਨੇ, ਤੇਰੇ ਸਿਮਰਨ ਵਾਲੇ ਨੇ, ਉਹ ਅੰਦਰੋਂ ਵਿਕਸਦੇ ਨੇ ਸਹੀ ਮਨ ਵਿੱਚ। ਹਰ ਹਰ ਆਪ ਦਇਆ ਕਰ ਦੇਵੈ। ਜਦੋਂ ਤੂੰ ਨਾਮ ਜਪੇਗਾ, ਪਰਮਾਤਮਾ ਦਿਆਲੂ ਹੈ, ਉਹ ਆਪ ਤੇਰੇ ਦਇਆ ਕਰਕੇ ਇਹ ਨਾਮ ਦੀ ਦਾਤ ਤੈਨੂੰ ਬਖਸ਼ਿਸ਼ ਕਰੇਗਾ। ਪਰ ਅੰਮ੍ਰਿਤ ਹਰ ਰਸ ਚੱਖੀ ਹੈ, ਉਦੋਂ ਇਹ ਨਾਮ ਰੂਪੀ ਅੰਮ੍ਰਿਤ ਨੂੰ, ਇਸ ਰਸ ਨੂੰ ਚੱਕ ਲਏਗਾ। ਮੇਰੇ ਮਨ ਨਾਮ ਬਿਨਾ ਜੋ ਦੂਜਾ ਲਾਗੇ। ਹੈ ਮਨਾ, ਨਾਮ ਤੋਂ ਬਿਨਾਂ ਜਿਹੜੇ ਹੋਰ ਪਾਸੇ ਲੱਗੇ ਹੋਏ ਨਾ ਸਾਰੇ, ਤੇ ਸਾਖਤ ਨਰ ਜਮ ਘੁੱਟੀ ਹੈ, ਉਹ ਜਿਹੜੇ ਪਦਾਰਥਵਾਦੀ ਲੋਕ ਨੇ, ਮਾਇਆਧਾਰੀ ਲੋਕ ਨੇ, ਕਹਿੰਦੇ ਉੱਥੇ ਫਿਰ ਜਮਾਂ ਦੇ ਅਧੀਨ ਹੋ ਕੇ ਘੁੱਟ ਘੁੱਟ ਕੇ ਮਰਦੇ ਨੇ। ਤੇ ਸਾਖਤ ਚੋਰ ਜਿਨ੍ਹਾਂ ਨਾਮ ਵਿਸਾਰਿਆ। ਉਹ ਲੋਕ ਤੇ ਸਾਖਤ ਨੇ ਭਾਈ, ਪਦਾਰਥਵਾਦੀ ਨੇ, ਚੋਰ ਨੇ ਸਹੀ ਮਨਾਂ ਵਿੱਚ, ਜਿਨ੍ਹਾਂ ਨੇ ਨਾਮ ਨੂੰ ਵਿਸਾਰ ਦਿੱਤਾ। ਮਨ ਤਿੰਨ ਕਹਿ ਨਿਕਟ ਨਾ ਭਿੱਟੀ ਹੈ। ਐ ਮਨਾ, ਉਹਨਾਂ ਦੇ ਨੇੜੇ ਵੀ ਨਾ ਢੁੱਕੀ ਕਦੇ। ਜਿਹੜੇ ਸਾਖਤ ਨੇ, ਮਨਮੁੱਖ ਲੋਕ ਨੇ, ਕਹਿੰਦੇ ਨੇੜੇ ਵੀ ਨਾ ਜਾਈ ਉਹਨਾਂ ਦੇ। ਮੇਰੇ ਮਨ ਸੇਵੋ ਅਲੱਖ ਨਿਰੰਜਨ ਨਰਹਰ। ਫਿਰ ਕਹਿੰਦੇ ਨੇ, ਕਿਉਂਕਿ ਸਵਾਲ ਹੁੰਦਾ ਕਿ ਫਿਰ ਕਿਹਨੂੰ ਜਪੀਏ ਜੀ? ਚੌਥੇ ਪਾਸ਼ ਮੈਂ ਕਹਿੰਦੇ ਮਨਾ ਸਿਮਰਨਾ ਕਰ। ਅਲੱਖ ਜਿਹੜਾ ਲੇਖੇ ਤੋਂ ਬਾਹਰ ਹੈ, ਨਿਰੰਜਨ ਜਿਹੜਾ ਮਾਇਆ ਤੋਂ ਰਹਿਤ ਹੈ, ਨਰਹਰ ਜਿਹੜਾ ਮਾਤਾ ਦੇ ਪੇਟ ਚੋਂ ਪੈਦਾ ਨਹੀਂ ਹੋਇਆ, ਵਾਹਿਗੁਰੂ ਅਕਾਲ ਪੁਰਖ ਜਿਤ ਸੇਵਿਆ ਲੇਖਾ ਛੁੱਟੀ ਹੈ। ਜਿਹਨੂੰ ਸਿਮਰਨ ਨਾਲ ਤੇਰਾ ਲੇਖਾ ਛੁਟਕਾਰਾ ਹੋ ਜਾਏਗਾ, ਕੋਈ ਲੇਖਾ ਨਹੀਂ ਰਹੇਗਾ ਤੇਰਾ। ਜਨ ਨਾਨਕ ਹਰ ਪ੍ਰਭ ਪੂਰੇ ਕੀਏ। ਕਹਿੰਦੇ ਜਿਹਨਾਂ ਨੇ ਉਹਨੂੰ ਸਿਮਰਿਆ, ਮਨ ਕਰਕੇ ਧਿਆਇਆ, ਉਹ ਸੇਵਕ ਚੌਥੇ ਪਾਤਸ਼ਾਹ ਕਹਿੰਦੇ ਉਸ ਮਾਲਕ ਨੇ ਫਿਰ ਪੂਰੇ ਕਰ ਦਿੱਤੇ। ਪੂਰਾ ਪ੍ਰਭ ਅਰਾਧਿਆ, ਪੂਰਾ ਜਾ ਕਾ ਨਾਮ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਉਹ ਪੂਰੇ ਹੋ ਗਏ ਸਹੀ ਮਾਇਆ ਵਿੱਚ। ਖਿਨ ਮਾਸਾ ਤੋਰ ਨਾ ਘੱਟੀ ਹੈ। ਕਹਿੰਦੇ ਉਹਨਾਂ ਵਿੱਚ ਖਿਨ ਥੋੜਾ ਜਿੰਨਾ, ਮਾਸਾ ਜਿੰਨਾ ਵੀ ਕੋਈ ਘਾਟ ਨਹੀਂ ਆਉਂਦੀ, ਕਿਉਂਕਿ ਉਸ ਮਾਲਕ ਨਾਲ ਪੂਰੇ ਨਾਲ ਜੁੜੇ ਹੋਏ, ਉਹ ਜਿਉਂਦੇ ਜੀ ਪੂਰੇ ਹੋ ਗਏ। ਹਾਂਜੀ, ਗੌੜੀ ਪੂਰਵੀ ਮਹੱਲਾ ਚੌਥਾ। ਅਮਰੇ ਪ੍ਰਾਣ ਵਸਗਤ ਪ੍ਰਭ ਤੁਮਰੈ, ਮੇਰਾ ਜੀਉ ਪਿੰਡ ਸਭ ਤੇਰੀ,
करो हर दर्श दिखावो, मेरा मन तन लोच कढेरी, राम मेरा मन तन लोच मिलन हर केरी, गुर किरपाल किरपा किंचित गुर कीनी, हर मिलिया आए प्रभ मेरी, कहो जो हमरे मन चित है स्वामी, जो हमरे मन चित है स्वामी, साबित तुम हर जानो मेरी, साबित तुम हर जानो मेरी, आंदिन नाम जपी सुख पाई, आंदिन नाम जपी सुख पाई, नित जीवा आस हर तेरी, नित जीवा आस हर तेरी, गुर सतगुर दाते पंथ बताया, गुर सतगुर दाते पंथ बताया, और मिलिया आए प्रभ मेरी, और मिलिया आए प्रभ मेरी, आंदिन आनंद पया बड़ भागी, आंदिन आनंद पया बड़ भागी, सब आस पूजी जन केरी, सब आस पूजी जन केरी, जगन्नाथ जगदीशर करते, जगन्नाथ जगदीशर करते, सब बसगत है हर केरी, सब बसगत है हर केरी, जन नानक शरणागत आए, जन नानक शरणागत आए, हर राखो पैज जन केरी, हर राखो पैज जन केरी, गौड़ी पूर्वी महला चौथा। हुण पाछा ਉਹ ਸ਼ਬਦ ਤੇ ਆਏ ਕਿ ਹੇ ਪ੍ਰਭੂ ਅਸੀਂ ਆਪਣੇ ਆਪ ਨੂੰ ਤੁਹਾਨੂੰ ਸਮਰਪਿਤ ਕਰ ਦਿੱਤਾ, ਸਾਨੂੰ ਆਪਣੇ ਅੰਦਰ ਦੀ ਹਾਲਤ ਦਾ ਜਦੋਂ ਪਤਾ ਲੱਗਿਆ ਕਿ ਸਾਡੇ ਵੱਸ ਵਿੱਚ ਤਾਂ ਕੁਝ ਵੀ ਨਹੀਂ, ਜਦੋਂ ਸਾਡੇ ਵੱਸ ਹੀ ਕੁਝ ਨਹੀਂ, ਫਿਰ ਜਿਹਦੇ ਵੱਸ ਹੈ ਆਪਣੇ ਆਪ ਨੂੰ ਸਮਰਪਿਤ ਕਰ ਦਈਏ। ਹਮਰੇ ਪ੍ਰਾਣ ਵਸਗਤ ਪ੍ਰਭ ਤੁਮਰੈ, ਕਿਉਂਕਿ ਇਹਦੇ ਸਵਾਸ ਸਾਡੇ ਚੱਲਦੇ ਨੇ, ਸਾਡਾ ਜੀਵਨ ਹੈ, ਇਹ ਵੀ ਸਾਡੇ ਵੱਸ 'ਚ ਨਹੀਂ, ਇਹ ਸਵਾਸ ਸਾਡੇ ਵੱਸ ਵਿੱਚ ਨਹੀਂ। ਜੇ ਕਹੋ ਅਸੀਂ ਕਹਿ ਲਾਂਗੇ ਵੀ ਅਸੀਂ ਆਪਣੇ ਆਪ ਲੈ ਲਾਂਗੇ, ਅੰਦਰ ਗਿਆ ਸਾਹ ਵਾਪਸ ਮੁੜੇ ਜਾਂ ਨਾ ਮੁੜੇ, ਜਦੋਂ ਨਹੀਂ ਮੁੜਨਾ ਫਿਰ ਬੜਾ ਜ਼ੋਰ ਲਾਇਆ ਨਹੀਂ ਮੁੜਦਾ। ਇੱਥੇ ਮਾਰੇ ਕਹਿੰਦੇ ਸਾਡੇ ਪ੍ਰਾਣ ਵੀ ਸਾਡੇ ਵੱਸ ਵਿੱਚ ਨੇ, ਇਹ ਵੀ ਤੁਹਾਡੇ, ਸਾਡਾ ਜੀਵਨ ਤੁਹਾਡੇ ਵੱਸ ਵਿੱਚ ਹੈ। ਹਮਰੇ ਪ੍ਰਾਣ ਵਸ ਕਰ ਪ੍ਰਭ ਤੁਮਰੈ, ਮੇਰਾ ਜੀਉ ਪਿੰਡ ਸਭ ਤੇਰੀ। ਇਹ ਪ੍ਰਭੂ ਮੇਰਾ ਜੀਉ, ਮੇਰੀ ਆਤਮਾ, ਇਹ ਪਿੰਡ ਸਰੀਰ, ਇਹ ਸਾਰਾ ਕੁਝ ਤੇ ਤੇਰਾ ਹੈ। ਜਦੋਂ ਅਸੀਂ ਜਨਮੇ ਇਹ ਸਾਨੂੰ ਮਿਲਿਆ, ਕਿਉਂਕਿ ਇਹ ਸਾਡਾ ਨਹੀਂ, ਇਸ ਕਰਕੇ ਨੂੰ ਛੱਡ ਕੇ ਚਲੇ ਜਾਵਾਂ। ਸਵਾਸ ਛੱਡ ਗਿਆ ਕਹਿੰਦੇ ਆਪਾਂ ਜੀ, ਸਰੀਰ ਛੱਡ ਗਿਆ ਕਹਿੰਦੇ ਆਪਾਂ ਜੀ, ਜਿਹਨੂੰ ਉਹ ਮੇਰਾ ਕਹਿੰਦਾ ਸੀ, ਅਸੀਂ ਕਹਿੰਦੇ ਹਾਂ ਕਿ ਸਰੀਰ ਮੇਰਾ ਹੈ, ਇਹਦਾ ਮਤਲਬ ਮੈਂ ਸਰੀਰ ਨਹੀਂ ਹਾਂ, ਮੈਂ ਸਵਾਸ ਲੈ ਰਿਹਾ ਹਾਂ, ਸਵਾਸ ਵੀ ਮੈਂ ਨਹੀਂ ਹਾਂ, ਫਿਰ ਮੈਂ ਕੌਣ ਹਾਂ? ਜਦੋਂ ਅਸੀਂ ਇਹਨੂੰ ਸਰੀਰ ਨੂੰ ਛੱਡ ਦਿਆਂਗੇ, ਇਹ ਮੈਂ ਕਿੱਥੇ ਹੋਏਗੀ? ਇੱਥੇ ਮਹਾਰਾਜ ਸਮਝਾਉਣਾ ਕਰਦੇ ਨੇ ਕਿ ਜੋ ਕੁਝ ਤੂੰ ਦਿੱਤਾ ਹੋਇਆ ਹੈ ਪ੍ਰਭੂ, ਸਾਰਾ ਕੁਝ ਤੇ ਤੇਰਾ, ਇਹ ਸਾਡੇ ਵੱਸ ਵਿੱਚ ਨਹੀਂ। ਦਇਆ ਕਰੋ ਹਰ ਦਰਸ ਦਿਖਾਓ, ਬਸ ਇੱਕ ਦਇਆ ਕਰ ਦਿਓ ਸਾਡੇ ਉੱਤੇ, ਦਇਆਵਾਨ ਹੋ ਤੁਸੀਂ, ਸਾਨੂੰ ਦਰਸ਼ਨ ਦੇ ਦਿਓ, ਇਹ ਕਿਰਪਾ। ਆਪਣੇ ਅੰਦਰ ਝਾਤ ਮਾਰੀ ਆਪਾਂ ਵੀ ਕਦੇ ਅਸੀਂ ਗੁਰੂ ਦੇ ਸਨਮੁਖ ਹੋ ਕੇ ਇੰਜ ਅਰਦਾਸ ਕੀਤੀ ਹੋਵੇ,
ਸੱਚੇ ਪਾਤਸ਼ਾਹ ਸਾਨੂੰ ਹੋਰ ਕੁਝ ਨਹੀਂ ਚਾਹੀਦਾ, ਸਾਨੂੰ ਤੁਹਾਡੇ ਦਰਸ਼ਨ ਚਾਹੀਦੇ। ਦਇਆ ਕਰੋ ਥਰ ਦਰਸ਼ ਦਿਖਾਵੋ, ਮੇਰਾ ਮਨ ਤਨ ਲੋਚ ਕਨੇਰੀ। ਮੇਰੇ ਮਨ ਤੇ ਤਨ ਕਰਕੇ ਅੰਦਰ ਲੋਚਨਾ ਹੈ, ਚਾਹਤ ਹੈ ਬਹੁਤ ਜ਼ਿਆਦਾ। ਜਿੱਥੇ ਚਾਹ ਉੱਥੇ ਰਾਹ, ਕਿਉਂਕਿ ਜਿਹੋ ਜਿਹੀ ਚਾਹਤ ਲੈਂਦੇ ਹਾਂ ਉਹੋ ਜਿਹਾ ਰਾਹ ਸਾਨੂੰ ਮਿਲਦਾ ਜਾਂਦਾ। ਜੇ ਉਹਦੇ ਦਰਸ਼ਨਾਂ ਦੀ ਚਾਹਤ ਲੈ ਕੇ ਆਵਾਂਗੇ ਤਾਂ ਐਸੀ ਗੱਲ ਨਹੀਂ ਕਿ ਦਰਸ਼ਨ ਵੀ। ਮੇਰੇ ਰਾਮ ਮੇਰਾ ਮਨ ਤਨ ਲੋਚ ਮਿਲਣ ਹਰ ਕੇਰੀ। ਹੈ ਮੇਰੇ ਰਾਮ ਜੀ, ਮੇਰੇ ਅੰਦਰ ਸਭ ਤੋਂ ਜ਼ਿਆਦਾ ਲੋਚਨਾ ਜਿਹੜੀ ਹੈ, ਚਾਹਤ ਜਿਹੜੀ ਹੈ, ਉਸ ਪ੍ਰਭ ਨੂੰ ਮਿਲਣ ਦੀ ਹੈ। ਗੁਰ ਕਿਰਪਾ ਕਿਰਪਾ ਕਿੰਚਤ ਗੁਰ ਕਿੰਨੇ, ਕਹਿੰਦੇ ਗੁਰੂ ਕਿਰਪਾਲੂ ਹੈ, ਉਹਨੇ ਕਿਰਪਾ ਕੀਤੀ, ਕਿੰਚਤ ਥੋੜ੍ਹੀ ਬਖਸ਼ਿਸ਼ ਕੀਤੀ, ਹਰ ਮਿਲਿਆ ਆਏ ਪ੍ਰਭ ਮੇਰੀ। ਗੁਰੂ ਨੇ ਕਿਰਪਾ ਕੀਤੀ, ਉਹ ਪ੍ਰਭੂ ਆਣ ਮਿਲਿਆ ਮੇਰਾ। ਉਹਨੇ ਥੋੜ੍ਹੀ ਜਿਹੀ ਕਿਰਪਾ ਕੀਤੀ, ਬਖਸ਼ਿਸ਼ ਕੀਤੀ, ਬਸ ਮੇਰਾ ਗੁਰੂ ਮੈਨੂੰ ਆਣ ਮਿਲਿਆ। ਰਹਾਓ ਜੋ ਹਮਰੇ ਮਨ ਚਿਤ ਹੈ ਸਵਾਮੀ, ਸਾਬਿਤ ਤੁਮ ਹਰ ਜਾਨੋ ਮੇਰੀ। ਇਹ ਪ੍ਰਭੂ ਤੁਸੀਂ ਅੰਤਰਜਾਮੀ ਹੋ, ਜੋ ਸਾਡੇ ਮਨ ਵਿੱਚ ਹੈ, ਸਾਡੀ ਜੋ ਅੰਦਰ ਦੀ ਹਾਲਤ ਹੈ ਉਹ ਤੁਸੀਂ ਜਾਣਦੇ ਹੋ। ਅੰਦਰ ਨਾਮ ਜਪੀ ਸੁਖ ਪਾਈ, ਮੈਂ ਦਿਨ ਰਾਤ ਤੇਰਾ ਨਾਮ ਜਪਦਾ, ਇਹ ਸੁਖ ਪ੍ਰਾਪਤ ਹੁੰਦਾ ਹੈ। ਨਿਤ ਜੀਵਾਂ ਆਸ ਹਰ ਤੇਰੀ, ਇਹ ਪ੍ਰਭੂ ਮੈਨੂੰ ਆਸ ਹੈ ਤੇਰੇ ਕੋਲ, ਬਸ ਨਿਤ ਮੈਂ ਇਸ ਤਰ੍ਹਾਂ ਜਿਉਣਾ, ਮੇਰਾ ਜੀਵਨ ਹੀ ਇਹਦੇ ਵਿੱਚ ਹੈ, ਮੈਨੂੰ ਸਿਰਫ ਆਸ ਹੈ ਤੇਰੀ। ਇਹ ਦੋਏ ਨੈਣਾ ਮਤ ਛੂਹੋ ਪਿਲ ਦੇਖਣ ਕੀ ਆਸ। ਬਾਬਾ ਫਰੀਦ ਕਹਿੰਦੇ ਕਾਗਾ ਪ੍ਰੰਗ ਢੋਲਿਆ ਸਗਲਾ ਖਾਇਆ ਮਾਸ। ਇਹ ਦੋਏ ਨੈਣਾ ਮਤ ਛੂਹੋ ਫਿਰ ਦੇਖਣ ਕੀ ਆਸ, ਮੈਨੂੰ ਆਸ ਹੈ ਜੀ ਤੇਰੇ। ਗੁਰ ਸਤਿਗੁਰ ਦਾਤਾ ਪੰਥ ਬਤਾਇਆ, ਗੁਰ ਸਤਿਗੁਰ ਦਾਤਾ, ਸਤਿਗੁਰ ਦੁਆਰਾ, ਗੁਰੂ ਨੇ ਸੱਚ ਦੇ ਗਿਆਨ ਦੁਆਰਾ ਇਹ ਰਸਤਾ ਸਾਨੂੰ ਦੱਸ ਦਿੱਤਾ। ਫਿਰ ਹਰ ਮਿਲਿਆ ਆਏ ਪ੍ਰਭ ਮੇਰੀ, ਕਹਿੰਦੇ ਜਦੋਂ ਮੈਂ ਰਸਤੇ ਤੁਰਿਆ ਉਹ ਪ੍ਰਭੂ ਮੈਨੂੰ ਆਣ ਮਿਲਿਆ। ਅਣ ਦਿਨ ਆਨੰਦ ਭਇਆ ਬੜ ਭਾਗੀ, ਸਭ ਆਸ ਪੁੱਜੀ ਜਨ ਕੇਰੀ। ਅਣ ਦਿਨ ਹਰ ਰੋਜ਼ ਹੁਣ ਆਨੰਦ ਹੀ ਆਨੰਦ ਹੈ, ਵੱਡੇ ਭਾਗ ਨੇ ਉਦਮ ਨੇ ਤੇ ਤੇਰੇ ਜਨ ਨੇ, ਅੱਜਕੱਲ ਉਹਨਾਂ ਦੀ ਆਸ ਪੂਰੀ ਹੋ ਗਈ, ਉਸ ਪ੍ਰਭੂ ਦੇ ਦਰਸ਼ਨ ਹੋ ਗਏ ਉਹਨਾਂ ਨੂੰ ਜਦੋਂ ਉਹਨਾਂ ਨੇ ਅੰਦਰੋਂ ਆਲੋਚਨਾ ਕੀਤੀ, ਜਦੋਂ ਅਰਦਾਸ ਕੀਤੀ ਤੇਰੇ ਅੱਗੇ। ਜਗਨਨਾਥ ਜਗਦੀਸ਼ਰ ਕਰਤੇ ਸਭ ਵਸਗਤ ਹੈ ਹਰ ਕੇਰੀ। ਇਹ ਪ੍ਰਭੂ ਤੁਸੀਂ ਜਗਨਨਾਥ ਹੋ, ਸਾਰੇ ਜੱਗ ਦੇ ਮਾਲਕ ਹੋ, ਜਗਦੀਸ਼ਰ ਸਾਰੇ ਸੰਸਾਰ ਦੇ ਈਸ਼ਵਰ ਹੋ, ਮਾਲਕ ਹੋ, ਕਰਤਾ। ਇਹ ਪ੍ਰਭੂ ਤੂੰ ਸਾਰੇ ਸ੍ਰਿਸ਼ਟੀ ਦੇ ਕਰਤੇ ਹੋ, ਸਭ ਵਸਗਤ ਹੈ ਹਰ ਕੇਰੀ, ਸਾਰਾ ਕੁਝ, ਸਾਰੀ ਸ੍ਰਿਸ਼ਟੀ ਤੁਹਾਡੇ ਵਸ ਵਿੱਚ ਹੈ। ਜਨ ਨਾਨਕ ਸ਼ਰਨਾਗਤ ਆਏ, ਚੌਥੇ ਪਾਤਸ਼ਾਹ ਕਹਿੰਦੇ ਅਸੀਂ ਜਨ ਬਣ ਕੇ, ਸੇਵਕ ਬਣ ਕੇ ਤੇਰੀ ਸ਼ਰਨ ਵਿੱਚ ਆਏ ਹਾਂ। ਹਰ ਰਾਖੋ ਪੈ ਜਨ ਕੇਰੀ, ਇਹ ਪ੍ਰਭੂ ਆਪਣੇ ਸੇਵਕਾਂ ਦੀ ਆਇਆਂ ਦੀ ਹੁਣ ਲਾਜ ਰੱਖ ਲਓ, ਇਹ ਕਿਰਪਾ ਕਰੋ ਸਾਨੂੰ ਦਰਸ਼ਨ ਦਿਖਾ ਦਿਓ। ਹਾਂਜੀ, ਗੌੜੀ ਪੂਰਵੀ ਮਹੱਲਾ ਚੌਥਾ, ਗੌੜੀ ਪੂਰਵੀ ਮਹੱਲਾ ਚੌਥਾ, ਇਹ ਬਨੁਆ ਖਿੰਨ ਨਾ ਟਕੈ ਬਹੁ ਰੰਗੀ, ਇਹ ਬਨੁਆ ਖਿੰਨ ਨਾ ਟਕੈ ਬਹੁ ਰੰਗੀ। ਜੈ ਦੈ 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 ਦਿਸ ਚਲ ਚਲ ਹਾਂਡੇ, ਜੈ ਦੈ ਦਿਸ ਚਲ ਚਲ ਹਾਂਡੇ, ਗੁਰੂ ਪੂਰਾ ਪਾਇਆ ਬੜ ਭਾਗੀ, ਗੁਰੂ ਪੂਰਾ ਪਾਇਆ ਬੜ ਭਾਗੀ, ਹਰ ਮੰਤਰ ਦਿਆ ਮਨ ਠਾਂਡੇ, ਹਰ ਮੰਤਰ ਦਿਆ ਮਨ ਠਾਂਡੇ,
ਰਾਮ ਹਮ ਸਤਿਗੁਰ ਲਾਲੇ ਕਾਢੇ ਅਮਰ ਮਸਤਕ ਦਾਗ ਦਗਾਨਾ ਹਮ ਕਰਜ ਗੁਰੂ ਬਹੁ ਸਾਡੇ ਪਰ ਉਪਕਾਰ ਪੁੰਨ ਬਹੁ ਕੀਆ ਓ ਦੁੱਤਰ ਤਾਰ ਪਰਾਂਡੇ ਜਿਨਕੋ ਪ੍ਰੀਤ ਹਿਰਦੈ ਹਰ ਨਾਹੀ ਜਿਨ ਕੂਰੈ ਗਾਂਡਨ ਗਾਡੇ ਜਿਉ ਪਾਣੀ ਕਾਗਦ ਬਿੰਸ ਜਾਤ ਹੈ ਮਨਮੁਖ ਗਰਬ ਗਲਾਂਡੇ ਹਮ ਜਾਣਿਆ ਕਛੂ ਨਾ ਜਾਣੋ ਆਗੈ ਜਿਉ ਹਰ ਰਾਖੈ ਤਿਉ ਠਾਂਡੇ ਹਮ ਭੂਲ ਚੂਕ ਗੁਰ ਕਿਰਪਾ ਧਾਰੋ ਜਾਂ ਨਾਨਕ ਕੁਤਰੇ ਕਾਂਡੇ ਗੌੜੀ ਪੂਰਬੀ ਮਹੱਲਾ ਚੌਥਾ। ਇੱਥੇ ਚੌਥੇ ਪਾਤਸ਼ਾਹ ਮਨ ਦੀ ਅਵਸਥਾ ਦੀ ਅੰਦਰ ਦੀ ਹਾਲਤ ਨੂੰ ਬਿਆਨ ਕਰਦੇ ਨੇ। ਇਹ ਮਨੁਆ ਖਿੰਨਾ ਟਿਕੈ ਬਹੁ ਰੰਗੀ, ਇਹ ਮਨ ਵੱਖ ਵੱਖ ਤਰੰਗਾਂ ਵਿੱਚ ਦੌੜਦਾ ਭੱਜਦਾ, ਇੱਕ ਖਿਨ ਲਈ ਟਿਕਦਾ ਨਹੀਂ। ਦਹਿ ਦਹਿ ਦਿਸ ਚਲ ਚਲ ਹੰਡੇ, ਇਹਨੇ ਦਸਾਂ ਦਿਸ਼ਾਵਾਂ ਨੂੰ ਦੌੜਦਾ, ਚਲ ਚਲ ਹੰਡਦਾ, ਹੰਡਦਾ ਭਾਵ ਟੱਕਰਾਂ ਮਾਰਦਾ ਫਿਰਦਾ, ਕਦੇ ਕਿੱਧਰ ਨੂੰ ਜਾਂਦਾ ਕਦੇ ਕਿੱਧਰ ਨੂੰ ਜਾਂਦਾ, ਪਤਾ ਨੀ ਕਿੱਥੇ ਕਿੱਥੇ ਇੱਥੇ ਬੈਠਿਆ ਕਿੱਥੇ ਕਿੱਥੇ ਘੁੰਮਾਉਂਦਾ। ਇਹ ਮਨ ਦੀ ਹਾਲਤ ਹੈ, ਇੱਕ ਜਗ੍ਹਾ ਟਿਕਦਾ ਨਹੀਂ, ਕਿਉਂਕਿ ਜੋ ਕੁਛ ਹੋਣਾ ਮਨ ਕਰਕੇ ਹੋਣਾ। ਜਦੋਂ ਮਨ ਸਥਿਰਤਾ ਵਿੱਚ ਆਇਆ, ਇਹ ਮਨ ਤਾਕਤਵਰ ਹੈ, ਇਹ ਮਨ ਹੀ ਜੁੜਦਾ ਹੈ, ਇਹ ਮਨ ਹੀ ਪਵਿੱਤਰ ਹੁੰਦਾ ਹੈ। ਗੁਰਪੂਰਾ ਪਾਇਆ ਵਡ ਭਾਗੀ, ਹਰ ਮੰਤਰ ਦੀ ਆਵਨ ਠਾਡੇ। ਗੁਰਪੂਰਾ ਗੁਰ ਗਿਆਨ ਪ੍ਰਾਪਤ ਹੋਇਆ, ਗੁਰੂ ਦਾ ਮੰਤਰ, ਗੁਰੂ ਦੀ ਸਿੱਖ ਸਲਾਹ ਇਹਨੇ ਕੀਤੀ, ਇਹ ਮਨ ਸ਼ਾਂਤ ਹੋ ਗਿਆ, ਇਹ ਮਨ ਟਿਕਾਓ ਵਿੱਚ ਆ ਗਿਆ। ਰਾਮ ਹਮ ਸਤਿਗੁਰ ਲਾਲੇ ਕਾਂਡੇ, ਹੇ ਪ੍ਰਭੂ ਅਸੀਂ ਉਹ ਸਤਿਗੁਰ ਦੇ ਲਾਲੇ ਗੋਲੇ ਹਾਂ, ਮੁੱਲ ਖਰੀਦੇ ਹੋਏ ਅਖਵਾਉਂਦੇ ਹਾਂ, ਕਾਂਡੇ ਤੋਂ ਭਾਵ ਹੈ ਅਖਵਾਉਂਦੇ ਹਾਂ। ਸਾਨੂੰ ਲੋਕ ਕਹਿੰਦੇ ਨੇ ਕਿਤੇ ਗੁਰੂ ਦਾ ਖਰੀਦਿਆ ਹੋਇਆ, ਕਿਤੇ ਗੋਲਾ ਹੈ, ਕਿਤੇ ਗੁਲਾਮ ਹੈ। ਰਹਾਉ ਹਮਰੇ ਮਸਤਕ ਦਾਗ ਦਗਾਨਾ ਹਮ ਕਰਜ ਗੁਰੂ ਬਹੁ ਸਾਡੇ, ਹਮਰੇ ਮਸਤਕ ਦਾਗ ਦਗਾਨਾ, ਕਿਉਂਕਿ ਜਿਹੜੇ ਗੁਲਾਮ ਨੇ ਉਹਨਾਂ ਦੇ ਮੱਥੇ ਤੇ ਦਾਗ ਲਾ ਦਿੱਤਾ ਜਾਂਦਾ, ਸਾਡੇ ਮੱਥੇ ਤੇ ਵੀ ਦਾਗ ਲੱਗਾ ਉਸ ਮਾਲਕ ਦਾ। ਅਸੀਂ ਕਰਜ਼ ਹੈ ਸਾਡਾ ਗੁਰੂ ਦੇ ਉੱਤੇ ਬੜਾ, ਜਿਹੜਾ ਕਿ ਪੂਰਾ ਨਹੀਂ ਹੋ ਸਕਦਾ। ਗੁਰੂ ਦੇ ਇੰਨੀਆਂ ਕਿਰਪਾ, ਇੰਨੀਆਂ ਬਖਸ਼ਿਸ਼ਾਂ ਸਾਡੇ ਤੇ ਕੀਤੀਆਂ ਨੇ, ਇੰਨਾ ਕਰਜ਼ਾ ਹੈ ਸਾਡੇ ਤੇ, ਪਰ ਉਪਕਾਰ ਪੁੰਨ ਬਹੁ ਕੀਆ, ਪਰ ਖੇਤ ਉਰੇ ਪਰ ਉਪਕਾਰ ਕੀਤਾ, ਬੜਾ ਪੁੰਨ ਦਾ ਕੰਮ ਕੀਤਾ ਸਾਡੇ ਉੱਤੇ। ਔਰ ਉਤਰ ਤਾਰ ਪਰਾਡੇ, ਇਸ ਭੌਜਣ ਤੋਂ ਜਿਹੜਾ ਕਿ ਨਾ ਤਰਨਾ ਜਾਣ ਵਾਲਾ ਸੀ, ਦੁੱਤਰ ਸੀ, ਔਖਾ ਤਰਿਆ ਜਾਣ ਵਾਲਾ ਸੀ, ਸਾਨੂੰ ਫਿਰ ਵੀ ਤੋਂ ਦੂਰ ਕਰ ਦਿੱਤਾ, ਬਾਹਰ ਕਰ ਦਿੱਤਾ, ਪਾਰ ਕਰ ਦਿੱਤਾ। ਤੋਂ ਜਿਨ ਕੋ ਪ੍ਰੀਤ ਹਿਰਦੈ ਹਰ ਨਾਹੀ,
ਤੇ ਜਿਨ੍ਹਾਂ ਨੂੰ ਉਸ ਪਰਮਾਤਮਾ ਦੇ ਪ੍ਰਤੀ ਹਿਰਦੇ ਵਿੱਚ ਕੋਈ ਪ੍ਰੀਤ ਨਹੀਂ, ਤਿੰਨ ਕੂੜੇ ਗੰਢਣ ਗਾਢੇ, ਉਹਨਾਂ ਜਿਹੜੇ ਕੂੜੇ ਗੰਢਣ ਝੂਠ ਦੇ ਗੰਢਣ ਗੰਢੇ ਨੇ, ਕਿਉਂਕਿ ਕੂੜ ਹੈ ਝੂਠ ਹੈ, ਗੰਢਣ ਦੀ ਕੋਸ਼ਿਸ਼ ਤੇ ਕੀਤੀ, ਬਾਹਰਲਾ ਵਿਖਾਵਾ ਤੇ ਕੀਤਾ, ਪਰ ਅੰਦਰੋਂ ਕੁਛ ਹੋਰ ਹੈ, ਜਿਨ ਮਨ ਹੋਰ ਮੁਖ ਹੋਰ ਸਿਕਾਰਦੇ ਕੱਚੇ ਆ, ਇਹਨਾਂ ਨੇ ਕੂੜੇ ਗੰਢਣ ਗੰਢੇ ਨੇ, ਵਿਖਾਵਾ ਤੇ ਬਹੁਤ ਕੀਤਾ, ਉਹ ਸਮਾਰਕ ਨਾਲ ਜੁੜਨ ਦੀ ਉੱਪਰਲੀਆਂ ਉੱਪਰਲੀਆਂ ਗੱਲਾਂ ਨੇ ਜਿਹੜੀਆਂ ਵਿਚਾਰਾਂ ਨੇ ਜਿਹੜੀ ਉਹ ਬਹੁਤ ਕੀਤੀਆਂ ਨੇ, ਪਰ ਉਹ ਕੂੜ ਦੇ ਗੰਢਣ ਨੇ, ਅੰਦਰ ਕੁਛ ਹੋਰ ਹੈ। ਜਿਉਂ ਪਾਣੀ ਕਾਗਜ਼ ਬਿਨ ਸਜਾਤ ਹੈ, ਕਹਿੰਦੇ ਉਹਨਾਂ ਦੀ ਹਾਲਤ ਇਸ ਤਰ੍ਹਾਂ ਜਿਵੇਂ ਪਾਣੀ ਵਿੱਚ ਰੱਖਿਆ ਹੋਇਆ ਕਾਗਜ਼ ਗਲ ਜਾਂਦਾ ਹੈ, ਤੇ ਉਹ ਮੂਰਖ ਮਨਮੁਖ ਗਰਭ ਗਲਾਡੇ, ਇਸ ਤਰ੍ਹਾਂ ਉਹ ਜਿਹੜੇ ਮਨਮੁਖ ਨੇ ਉਹ ਆਪਣੇ ਹੰਕਾਰ ਵਿੱਚ ਹੀ ਗਲਦੇ, ਕਿਉਂਕਿ ਅੰਦਰ ਹੰਕਾਰ ਪੈਦਾ ਕਰ ਲਿਆ ਕਰਮ ਤੇ ਕੀਤਾ, ਜਦੋਂ ਕਰਮ ਕਾਂਡ ਬਣ ਜਾਏ ਤੇ ਧਰਮ ਧੰਦਾ ਬਣ ਜਾਏ, ਉਦੋਂ ਫਿਰ ਪੱਲੇ ਕੁਛ ਵੀ ਨਹੀਂ ਰਹਿੰਦਾ। ਇੱਥੇ ਮੈਂ ਕਹਿੰਦਾ ਉਹਨੇ ਕੂੜੇ ਗੰਢਣ ਗੰਢ ਕਰਕੇ, ਉਹ ਅੰਦਰੋਂ ਹੰਕਾਰ ਕਰਕੇ ਹੀ ਗਲ ਗਏ। ਹਮ ਜਾਣਿਆ ਕਛੂ ਨਾ ਜਾਣਨਾ ਆਗਿਆ ਹੈ, ਇਹ ਪ੍ਰਭੂ ਨਾ ਅਸੀਂ ਪਹਿਲਾਂ ਕੁਝ ਜਾਣਦੇ ਸੀ ਤੇ ਨਾ ਹੀ ਸਾਨੂੰ ਅੱਗੇ ਦਾ ਪਤਾ ਕੁਛ, ਤੇ ਅਸੀਂ ਤੇ ਕਹਿੰਦੇ ਅਸੀਂ ਬਹੁਤ ਕੁਝ ਜਾਣ ਗਏ। ਜਿਹੜਾ ਬੰਦਾ ਕਹਿੰਦਾ ਮੈਂ ਬਹੁਤ ਜਾਣ ਗਿਆ, ਇਹਦਾ ਮਤਲਬ ਅਜੇ ਨਹੀਂ ਜਾਣੇ। ਤੇ ਜਿਉਂ ਜਿਉਂ ਤੁਸੀਂ ਨੋਟ ਕਰਿਓ, ਜਿਉਂ ਜਿਉਂ ਗਿਆਨ ਵੱਧਦਾ ਜਾਏਗਾ, ਸਾਡੇ ਅੰਦਰ ਨਿਮਰਤਾ ਵੱਧਦੀ ਜਾਂਦੀ ਹੈ। ਤੇ ਕੀ ਹੁੰਦਾ, ਅਸੀਂ ਸੋਚਦੇ ਹਾਂ ਕਿ ਮੈਂ ਅਜੇ ਬਹੁਤ ਕੁਛ ਜਾਣਨਾ ਹੈ, ਅਜੇ ਤਾਂ ਬਹੁਤ ਸਮੁੰਦਰ ਪਿਆ ਪੂਰਾ ਦਾ ਪੂਰਾ। ਇੱਥੇ ਵਰਨੇ ਨਾ ਹਮ ਹਮ ਜਾਣਿਆ ਕਸ਼ੂ ਨਾ ਜਾਣਨਾ ਹੈ ਆਗਿਆ ਹੈ, ਜਿਉਂ ਹਰ ਰੱਖਿਆ ਤਿਉਂ ਠਾਡੇ, ਇਹ ਪ੍ਰਭੂ ਜਿਵੇਂ ਤੁਸੀਂ ਰੱਖਿਆ ਅਸੀਂ ਉਸ ਤਰ੍ਹਾਂ ਖਲੋਤੇ ਹਾਂ, ਉੱਥੇ ਜਿਵੇਂ ਤੁਸੀਂ ਸਾਨੂੰ ਰੱਖਦੇ ਹੋ ਅਸੀਂ ਤਾਂ ਉੱਥੇ ਖਲੋਤੇ ਹੋਏ ਹਾਂ। ਹਮ ਭੂਲ ਚੂਕ ਗੁਰ ਕਿਰਪਾ ਧਾਰੋ, ਇਹ ਪ੍ਰਭੂ ਅਸੀਂ ਅਨੇਕਾਂ ਭੁੱਲਾਂ ਚੁੱਕਾ ਕਰਦੇ ਹਾਂ, ਸਾਨੂੰ ਨਹੀਂ ਪਤਾ ਲੱਗਦਾ ਸਾਡੇ ਤੋਂ ਜਾਣੇ ਅਣਜਾਣੇ ਕਿੰਨੀਆਂ ਭੁੱਲਾਂ ਹੋ ਜਾਂਦੀਆਂ ਨੇ, ਕਿਰਪਾ ਧਾਰੋ, ਇਹ ਗੁਰੂ ਸਾਡੇ ਤੇ ਕਿਰਪਾ ਕਰੋ, ਬਖਸ਼ਿਸ਼ ਕਰੋ। ਜਨ ਨਾਨਕ ਕੁਤਰੇ ਕਾਢੇ, ਇਹ ਪ੍ਰਭੂ ਅਸੀਂ ਤੇਰੇ ਦਰ ਦੇ ਕੁੱਤੇ ਹਾਂ, ਜੇ ਬੋਲਦੇ ਵੀ ਹਾਂ ਤੇ ਭੌਂਕਣ ਵਾਲੀ ਗੱਲ ਹੈ ਸਾਡੀ, ਤੇ ਅਸੀਂ ਤੇਰੇ ਦਰ ਦੇ ਕੁੱਤੇ ਹਾਂ, ਜਿਵੇਂ ਕੁੱਤਾ ਆਪਣੇ ਮਾਲਕ ਦਾ ਵਫ਼ਾਦਾਰ ਦਰ ਨਹੀਂ ਛੱਡਦਾ, ਅਸੀਂ ਤੇਰਾ ਦਰ ਨਹੀਂ ਛੱਡ ਸਕਦੇ, ਅਸੀਂ ਤੇਰੇ ਦਰ ਤੇ ਜਿਉਂ ਸਵਾਨ ਜਿਹੜਾ ਹੈ, ਕੁੱਤਾ ਜਿਹੜਾ ਹੈ ਆਪਣੇ ਮਾਲਕ ਦਾ ਦਰ ਨਹੀਂ ਛੱਡਦਾ ਨਾ ਕਿਤੇ, ਜਿਸ ਤਰ੍ਹਾਂ ਭਾਵੇਂ ਬੁੱਲੇ ਨੇ ਇੱਕ ਬੜੀ ਵਧੀਆ ਕਾਫੀ ਵਿੱਚ ਗੱਲ ਕਹੀ ਕਿ ਰੋਟੀ ਖਾਂਦੇ ਕੁੱਤੇ ਵੀ ਤੈਥੋਂ ਉੱਚੇ, ਮਾਲਕ ਦਾ ਦਰ ਕਦੇ ਨਾ ਛੱਡਦੇ, ਭਾਵੇਂ ਸੌ ਸੌ ਖਾਂਦੇ ਜੁੱਤੇ, ਸਾਰੀ ਰਾਤੀ ਪਹਿਰਾ ਦਿੰਦੇ, ਦਿਨੇ ਪਏ ਰੂੜੀ ਤੇ ਸੁੱਤੇ, ਉੱਠ ਬੁੱਲਿਆ ਉੱਠ ਨਾਮ ਧਿਆਲ ਹੈ, ਨਹੀਂ ਤੇ ਬਾਜੀ ਲੈ ਗਏ ਕੁੱਤੇ। ਇੱਥੇ ਤਾਂ ਮਹਾਰਾਜ ਕਹਿੰਦੇ ਨੇ ਕਿ ਅਸੀਂ ਤੇਰੇ ਦਰ ਦੇ ਕੁੱਤੇ ਹਾਂ, ਇਹ ਪ੍ਰਭੂ ਤੁਸੀਂ ਕਿਰਪਾ ਕਰੋ, ਤੁਸੀਂ ਬਖਸ਼ਿਸ਼ ਕਰੋ, ਸਾਡੀਆਂ ਭੁੱਲਾਂ ਚੁੱਕਾਂ ਵੱਲ ਨਾ ਵੇਖੋ, ਤੁਸੀਂ ਕਿਰਪਾ ਕਰੋ, ਬਸ ਸਾਡੇ ਤੇ ਬਖਸ਼ਿਸ਼ ਕਰ ਦਿਓ, ਤਾਂ ਕਿ ਅਸੀਂ ਤੇਰੇ ਲਾਲੇ, ਅਸੀਂ ਤੇਰੇ ਗੋਲੇ ਬਣ ਕੇ ਇਹ ਤੇਰੇ ਮੰਤਰ ਨੂੰ ਜਪਦੇ ਰਹੀਏ, ਤੇ ਸਾਡੇ ਮਨ ਦੀ ਠੰਡਕ ਜਿਹੜੀ ਹੈ ਉਹ ਬਣੀ ਰਹੇ, ਸਾਡਾ ਮਨ ਸ਼ਾਂਤ ਹੋ ਕੇ ਟਿਕਾਉ ਵਿੱਚ ਆ ਕੇ ਤੈਨੂੰ ਸਿਮਰਦਾ ਰਹੇ, ਇਹ ਮਨ ਤੇਰੇ ਦਰਸ਼ਨ ਕਰ ਸਕੇ। ਤੇਰੇ ਰਾਮ ਹਮ ਬਾਰਕ ਹਰ ਪ੍ਰਭ ਕੇ ਹੈ ਏ ਆਣੇ, ਹਮ ਬਾਰਕ ਹਰ ਪ੍ਰਭ ਕੇ ਹੈ ਏ ਆਣੇ।